वाहिगुरु जी का खालसा, वाहिगुरु जी की फतेह। मैं थोड़ी होस्ट श्वेत कौर, न्यूज टीवी 84 द नवेयर। जिससे तुम जानते हो कि लगभग 19 साल की लंबी इंतजार तो बाद अखीर भारतीय जस्टिस सिस्टम ने प्रोफेसर दविंदर पाल सिंह भुल्लर जी को इंसाफ देने लिए एक छोटा जा कदम वधाया है। बिना किसी सबूतों गवाहों के टाडा वर्गे काले कानून हेठ सेल्फ कन्फेशन स्टेटमेंट की स्टेटमेंट को आधार बना के प्रोफेसर भुल्लर जी के सिर पर फांसी का फंदा लटका दिता गया। प्रोफेसर भुल्लर जी नूं एक काल कोठरी विच बंद करके तसीहे दे के मानसिक रोगी बना दिता गया। केंद्र सरकार की हठधर्मी अते अदालती सिस्टम की पहुंच ने 19 साल प्रोफेसर भुल्लर, उन्हां दे परिवार अते समुचे सिख कौम नूं जलील किया। हुण जदों कि यह फैसला आया है, इस वेले प्रोफेसर भुल्लर जी की शरीरक अते मानसिक अवस्था बड़ी गंभीर बनी हुई है। व्यूअर्स, प्रोफेसर भुल्लर जी दे आए केस दे फैसले संबंधी अज असी दो प्रमुख शख्सियतां नाल गलबात करन जा रहे हां। अज असी सब तो पहला गलबात करांगे दल खालसा दे सैकटरी सरदार सरबजीत सिंह कुमान जी नाल, जिहड़े कि इस वेले साडे नाल फोन लाइन ते जुड़ चुके ने। जी कुमानवीर जी, वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। जी जी कुमानवीर जी, अज सब तो पहला प्रोफेसर भुल्लर जी दे केस संबंधी आए सुप्रीम कोर्ट दे फैसले ते तुसीं की कहना चाहोगे? सब तो पहला तो मैं ये गल जिहड़ा साडे भाईचारे दे कुछ आगुआ ने इहदे ते बधाइयां दी झड़ी लाई आ, इहनूं इस तरीके नाल जिवें बड़ी वड्डी जित मतलब असीं कोई कीती होवे, इह तों बड़ा मैनूं मन नूं अफसोस होया। ਇਹ ਅਸਲ ਵਿਚ ਤਾਂ ਇਹ ਜਿਹੜੀ ਕਹਾਣੀ ਆ ਇਹਦੇ ਵਿਚ ਪ੍ਰੋਫੈਸਰ ਭੁੱਲਰ ਇੱਕ ਬੇਦੋਸ਼ਾ ਸਿੱਖ ਆ ਜਿਹਨੂੰ ਇੰਡੀਅਨ ਜੁਡੀਸ਼ੀਅਲ ਸਿਸਟਮ ਜਿਹੜਾ ਹੈਗਾ ਫਾਂਸੀ ਹੋਣ ਲੱਗਿਆ ਸੀ, ਤੇ ਜੇਕਰ ਸਾਡਾ ਇੱਕ ਸਿੱਖ ਭਰਾ ਜਿਹੜਾ ਹੈਗਾ ਉਹ ਉਹਨੂੰ ਝੂਠੇ ਕੇਸ ਵਿਚ ਫਸਾ ਕੇ ਉਹ ਫਾਂਸੀ ਦੇਣ ਨੂੰ ਤੁਰ ਰਹੇ ਹੋਣ, ਹਾਂਜੀ, ਤੇ ਅਸੀਂ ਉਦੋਂ ਜਦੋਂ ਬਚਾਅ ਹੋ ਜਾਵੇ ਤਾਂ ਇਹ ਇੰਡੀਅਨ ਸਟੇਟ ਨੂੰ ਵਧਾਈਆਂ ਦੇ ਕੇ ਇਹ ਉਹਨੂੰ ਮਤਲਬ ਦਿਖਾਉਣਾ ਕਿ ਬੜਾ ਵਧੀਆ ਹੋ ਗਿਆ ਜੀ, ਏਦਾਂ ਦੀ ਗੱਲ ਨੀ। ਇਹ ਤਾਂ ਸਗਾਂ ਤੇ ਸਾਨੂੰ ਇਹ ਗੱਲ ਦੁਨੀਆਂ ਮੂਹਰੇ ਲੈ ਕੇ ਆਉਣ ਦੀ ਲੋੜ ਆ। ਅੱਜ ਤਾਂ ਇੱਕ ਸਿੱਖ ਬਚ ਗਿਆ, ਪਰ ਏਦਾਂ ਦੇ ਹਜ਼ਾਰਾਂ ਸਿੱਖ ਇਸੇ ਸਿਸਟਮ ਦੀ ਜਿਹੜੀ ਭੇਂਟ ਆ ਉਹ ਚੜੇ ਨੇ, ਤੇ ਇਹ ਬਿਲਕੁਲ ਇੱਕ ਬੇਦੋਸ਼ਾ ਸਿੱਖ ਸੀਗਾ। ਇਹਦਾ ਇਸ ਕੇਸ ਦੇ 133 ਗਵਾਹ ਜਿਹੜੇ ਆ ਇਹਦੇ ਖਿਲਾਫ਼ ਭੁਗਤਾਏ ਗਏ ਇਸ ਕੇਸ ਵਿੱਚ, ਹਾਂਜੀ, ਪਰ ਪ੍ਰੋਫੈਸਰ ਭੁੱਲਰ ਦੇ ਬਾਰੇ ਇੱਕ ਵੀ ਸਟੇਟਮੈਂਟ ਇਹਦੇ ਖਿਲਾਫ਼ ਕੋਰਟ ਦੇ ਵਿੱਚ ਨਹੀਂ ਆ ਸਕੀ। ਕਿਸੇ ਨੇ ਜੋ ਉਹਨੂੰ ਪਛਾਣਿਆ ਨੀ, ਔਰ ਸਾਰੀ ਗੱਲਬਾਤ ਜਦੋਂ ਐਂਡ ਤੇ ਜੱਜਮੈਂਟ ਪੜ੍ਹੋ ਤਾਂ ਉਹਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਕਿ ਜੀ ਜਿਹੜੀ ਉਹ ਮਤਲਬ ਹਲਫੀਆ ਬਿਆਨ ਜਿਹੜਾ ਹਿਰਾਸਤ ਵਿੱਚ ਲਿਆ ਧੱਕੇ ਨਾਲ ਲਿਆ ਗਿਆ ਸੀ, ਉਹ ਕੁੱਟਮਾਰ ਕਰਕੇ ਜਿਵੇਂ ਸਾਡੇ ਪੰਜਾਬ ਦੇ ਥਾਣਿਆਂ 'ਚ ਲੈਂਦੇ ਆ ਇੱਥੇ, ਹਾਂਜੀ, ਉਹਦੇ ਆਧਾਰ ਤੇ ਅਸੀਂ ਕਹਿੰਦੇ ਫਾਂਸੀ ਦੇਣ ਲੱਗੇ। ਜੀ ਜਿਵੇਂ ਇਹ ਫੈਸਲਾ ਹੋਇਆ ਸੀਗਾ ਔਰ ਇਸ ਫੈਸਲੇ ਨੂੰ ਸਿਰੇ ਤੱਕ ਚੈਲੰਜ ਕੀਤਾ ਜੀ, ਤਾਂ ਉਸ ਫੈਸਲੇ ਦੇ ਆਧਾਰ ਦੇ ਉੱਤੇ ਜਦੋਂ ਫਾਂਸੀ ਦੀ ਗੱਲ ਆ ਗਈ ਤਾਂ ਸਾਨੂੰ ਜਦੋਂ ਪਿਛਲੇ ਸਾਲ ਅਫਜਲ ਗੁਰੂ ਨੂੰ ਫਾਂਸੀ ਹੋਈ ਆ, ਅਫਜਲ ਗੁਰੂ ਦਾ ਕੇਸ ਵੀ ਬਿਲਕੁਲ ਸੇਮ ਆ ਪ੍ਰੋਫੈਸਰ ਭੁੱਲਰ ਵਾਂਗੂ ਜੀ। ਪ੍ਰੋਫੈਸਰ ਭੁੱਲਰ GNA ਕਾਲਜ ਲੁਧਿਆਣੇ ਦੇ ਪ੍ਰੋਫੈਸਰ ਰਹੇ ਨੇ, ਹਾਂਜੀ, ਔਰ ਜਿਹੜਾ ਅਫਜਲ ਗੁਰੂ ਸੀਗਾ ਜੀ ਇਹ ਉੱਥੇ MBBS ਪੜ੍ਹਾਈ ਕਰ ਰਿਹਾ ਸੀਗਾ, ਡਾਕਟਰ ਬਣਨ ਵੱਲ ਜਾ ਰਿਹਾ ਨੌਜਵਾਨ ਸੀਗਾ। ਜਿਵੇਂ ਪੰਜਾਬ ਦੇ ਵਿੱਚ ਸਿੱਖਾਂ ਦੇ ਉੱਤੇ ਜ਼ੁਲਮ ਹੁੰਦੇ ਦੇਖ ਕੇ ਪ੍ਰੋਫੈਸਰ ਭੁੱਲਰ ਦੇ ਮਨ ਵਿੱਚ ਕਈ ਵਿਚਾਰਾਂ ਆਈਆਂ ਨੇ, ਉਵੇਂ ਅਫਜਲ ਗੁਰੂ ਦੇ ਆਈਆਂ ਨੇ। ਜਿਵੇਂ ਪ੍ਰੋਫੈਸਰ ਭੁੱਲਰ ਦੀ ਉਹਨਾਂ ਲੋਕਾਂ ਨਾਲ ਹਮਦਰਦੀ ਸੀ ਜਿਹਨਾਂ ਤੇ ਜ਼ੁਲਮ ਹੋ ਰਿਹਾ, ਉਵੇਂ ਹੀ ਅਫਜਲ ਗੁਰੂ ਦੀ ਹਮਦਰਦੀ ਸੀ ਜਿਹਨਾਂ ਮੁਸਲਮਾਨ ਕਸ਼ਮੀਰੀ ਭਾਈਆਂ ਤੇ ਜ਼ੁਲਮ ਹੋ ਰਿਹਾ। ਬਿਲਕੁਲ। ਔਰ ਉਸ ਅਫਜਲ ਗੁਰੂ ਨੂੰ ਇਹਨਾਂ ਨੇ ਇੱਕ ਟ੍ਰੈਪ ਦੇ ਵਿੱਚ ਫਸਾ ਕੇ ਉਹਨੇ ਉਹਨਾਂ ਨੂੰ ਕਿਹਾ ਕਿ ਤੂੰ ਆ ਬੰਦੇ ਨੂੰ ਦਿੱਲੀ ਲੈ ਜਾ, ਕਮਰਾ ਦਵਾ ਦੀ ਉੱਥੇ, ਤੇ ਜਦੋਂ ਉਹ ਵਾਪਸ ਆਇਆ ਕਮਰਾ ਦਵਾ ਕੇ ਭੇਜਿਆ ਪੁਲਿਸ ਨੇ, ਜਾਂ ਦਵਿੰਦਰ ਸਿੰਘ DSP ਨੇ ਭੇਜਿਆ ਸੀ ਉਹਨੂੰ, ਔਰ ਉੱਥੇ ਜਦੋਂ ਉਹ ਵਾਪਸ ਆਇਆ ਉਸ ਅਨੁਸਾਰ ਫੜ ਲਿਆ ਕਿ ਤੂੰ ਤਾਂ ਉਹਨਾਂ ਪੰਜ ਬੰਦਿਆਂ ਦੇ ਨਾਲ ਦਾ ਜਿਹਨਾਂ ਨੇ ਪਾਰਲੀਮੈਂਟ ਤੇ ਅਟੈਕ ਕੀਤਾ। ਹਾਂਜੀ। ਤੋ ਇਵੇਂ ਹੀ ਪ੍ਰੋਫੈਸਰ ਭੁੱਲਰ ਨਾਲ ਸੇਮ ਹੋਇਆ, ਇੱਕ ਪੜ੍ਹਿਆ ਲਿਖਿਆ ਨੌਜਵਾਨ ਆ ਪ੍ਰੋਫੈਸਰ ਆ ਉਹਨੂੰ ਇਹਨਾਂ ਨੇ ਉਲਝਾ ਲਿਆ ਤੇ ਆ ਜੀ ਤੁਸੀਂ ਤਾਂ ਬੰਬ ਚਲਾਇਆ ਜੀ, ਤੇ ਮੁੜ ਕੇ ਸਾਰੀ ਗੱਲ ਜਦੋਂ ਇਹਨਾਂ ਦੀ ਵਕੀਲ ਆ ਇਹਨਾਂ ਦੇ ਜੱਜ ਵਾ ਇਹਨਾਂ ਦੀ ਅਦਾਲਤ ਆ ਉੱਥੇ ਸਾਬਤ ਨੀ ਕਰ ਸਕੇ, ਕੋਈ ਗਵਾਹ ਕੋਈ ਸਬੂਤ ਨੀ ਆਇਆ, ਹਾਂਜੀ, ਤੇ ਇੱਕ ਕਹਿੰਦੇ ਜੀ ਆ ਤੁਸੀਂ ਹਲਫੀਆ ਬਿਆਨ, ਉਹ ਹਲਫੀਆ ਉਹ ਪ੍ਰੋਫੈਸਰ ਆ ਪੜ੍ਹਿਆ ਲਿਖਿਆ ਬੰਦਾ ਉਹ ਅੰਗੂਠੇ ਲਾਊਗਾ ਜੀ, ਤੇ ਉਹਦਾ ਆਪ ਧੱਕੇ ਨਾਲ ਕੁੱਟਮਾਰ ਕਰਕੇ ਉਹਦੇ ਖਾਲੀ ਕਾਗਜ਼ਾਂ ਤੇ ਸਾਈਨ ਜਿਹੜੇ ਆਮ ਹੀ ਕਰਾ ਲੈਂਦੇ ਆ ਉਹਦੇ ਆਧਾਰ ਤੇ ਫਾਂਸੀ ਦੇਣ ਲੱਗੇ, ਔਰ ਜਦੋਂ ਇਹ ਸਾਡਾ ਖਦਸ਼ਾ ਜਿਹੜਾ ਸੀਗਾ ਜਦੋਂ ਪਿਛਲੇ ਸਾਲ ਅਫਜਲ ਗੁਰੂ ਨੂੰ ਫਾਂਸੀ ਦਿੱਤੀ ਆ, ਹਾਂਜੀ, ਕਹਿੰਦੇ ਜੀ ਹੋਰ ਤਾਂ ਕੋਈ ਗੱਲ ਨੀ ਹੈਗੀ ਸਾਨੂੰ ਵੀ ਪਤਾ ਹੈਗਾ, ਕਹਿੰਦੇ ਜੀ ਅਫਜਲ ਗੁਰੂ ਦੇ ਮਾਮਲੇ ਦੇ ਵਿੱਚ
ਕੋਈ ਵੱਡਾ ਸਬੂਤ ਜਾਂ ਗਵਾਹ ਨਹੀਂ ਹੈਗਾ, ਪਰ ਇਸ ਮੁਲਕ ਦੀਆਂ ਸਮੂਹਕ ਭਾਵਨਾਵਾਂ ਨੂੰ ਸ਼ਾਂਤ ਕਰਨਾ, ਇਸ ਕਰਕੇ ਕਹਿੰਦੇ ਫਾਂਸੀ ਲਾ ਦਿੰਦੇ ਆ। ਇਵੇਂ ਦੀ ਇਹ ਗੱਲ ਐਤਕੀ ਬਣ ਸਕਦੀ ਸੀ, ਕਿਉਂ ਇੰਡੀਆ ਦਾ ਮੀਡੀਆ ਜਿਹੜਾ ਮਾਹੌਲ ਬਣਾ ਦਿੰਦਾ ਜੀ ਦੇ ਫਾਂਸੀ ਦੇ ਹੱਕ ਚ ਨੇ, ਜਿਵੇਂ ਇੰਡੀਆ ਟੂਡੇ ਨੇ ਕਹਿ ਤਾ ਸੀ ਪਿਛਲੀ ਵਾਰ ਕਿ ਅਫਜਲ ਗੁਰੂ ਦੀ ਫਾਂਸੀ ਦੇ ਹੱਕ ਚ 70% ਲੋਕ ਨੇ, ਲਾ ਦੋ ਫਾਂਸੀ। ਇਵੇਂ ਐਤਕੀ ਹੋਣ ਦੀ ਪੂਰੀ ਪੂਰੀ ਸੰਭਾਵਨਾ ਸੀਗੀ, ਔਰ ਇਹ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਬੜੀ ਵੱਡੀ ਸਾਡੀ ਕੌਮ ਤੇ ਕਿਰਪਾ ਹੈ ਕਿ ਅਸੀਂ ਇਸ ਭੁੱਲਰ ਦੇ ਕੇਸ ਦੇ ਬਹਾਨੇ ਦੁਨੀਆਂ ਨੂੰ ਦੱਸਣ ਜੋਗੇ ਹੋਏ ਆ ਕਿ ਅਫਜਲ ਗੁਰੂ ਨੂੰ ਜਿਵੇਂ ਫਾਹੇ ਲਾ ਦਿੱਤਾ ਉਵੇਂ ਇਹਨੂੰ ਵੀ ਲਾ ਸਕਦੇ ਸੀ। ਇਹਦਾ ਜੇ ਬਚਾਅ ਹੋਇਆ ਤਾਂ ਸਮਝੋ ਕਿ ਇੱਕ ਬਿਲਕੁਲ ਝੂਠੇ ਕੇਸ ਵਿੱਚ ਕਿਸੇ ਵੀ ਬੰਦੇ ਨੂੰ ਚੱਕ ਕੇ ਝੂਠੀ ਕਹਾਣੀ ਘੜ ਕੇ ਝੂਠੇ ਗਵਾਹਾਂ ਦੇ ਸਿਰ ਤੇ ਜੇ ਗਵਾਹ ਵੀ ਨਾ ਲੱਭਣ ਸਬੂਤ ਵੀ ਨਾ ਲੱਭਣ ਤਾਂ ਇੱਕ ਧੱਕੇ ਨਾਲ ਲਈ ਹੋਈ ਸਟੇਟਮੈਂਟ ਦੇ ਸਿਰ ਤੇ ਹੀ ਸਾਡੇ ਬੰਦਿਆਂ ਨੂੰ ਇਹ ਫਾਹੇ ਲਾ ਦਿੰਦੇ ਆ। ਅਫਜਲ ਗੁਰੂ ਨੂੰ ਤਾਂ ਕਾਨੂੰਨੀ ਤਰੀਕੇ ਨਾਲ ਮਾਰਨ ਲੱਗੇ ਸੀ, ਇੱਥੇ ਇਹਨਾਂ ਨੇ ਘਰਾਂ ਚੋਂ ਚੱਕ ਚੱਕ ਕੇ ਬੱਸਾਂ ਗੱਡੀਆਂ ਚੋਂ ਘਰਾਂ ਚੋਂ ਖੇਤਾਂ ਚੋਂ ਕੰਮ ਕਰਦੇ ਸਾਡੇ ਮੁੰਡੇ ਚੱਕ ਚੱਕ ਕੇ ਇਹਨਾਂ ਨੇ ਮਾਰੇ ਆ, ਔਰ ਇੱਕ ਭੁੱਲਰ ਜਿਹੜਾ ਹੈਗਾ ਸਾਡਾ ਜ਼ਰੂਰ ਬਚਿਆ। ਔਰ ਇਹ ਜਿਹੜਾ ਫੈਸਲਾ ਜਿਹੜਾ ਸਾਰੀ ਗੱਲਬਾਤ ਆ ਇਹਦਾ ਜਦੋਂ ਵੀ ਇਤਿਹਾਸ ਵਿੱਚ ਮੁਲਾਂਕਣ ਹੋਣਾ ਅਨਾਲਿਸਿਸ ਕਰਨਾ ਵਿਦਵਾਨਾਂ ਨੇ ਉਦੋਂ ਇਹ ਰਿਜ਼ਲਟ ਤੇ ਪਹੁੰਚਣਾ ਕਿ ਬਿਲਕੁਲ ਬੇਦੋਸ਼ੇ ਬੰਦੇ ਨੂੰ ਫਾਂਸੀ ਦੇਣ ਲੱਗੇ ਸੀਗੇ, ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਕੇ ਬਚ ਗਏ। ਅਸੀਂ ਇਹਦੇ ਲਈ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰ ਗੁਜ਼ਾਰ ਹਾਂ ਜਿਹਨੇ ਇੰਡੀਅਨ ਜੁਡੀਸ਼ਲ ਸਿਸਟਮ ਨੂੰ ਨੰਗਾ ਕੀਤਾ। ਇਹਦੇ ਵਿੱਚ ਜਿਹੜਾ ਇਹ ਇਸ ਮੁਲਕ ਦੇ ਜਿਹੜੇ ਆਗੂ ਨੇ ਜਾਂ ਲੀਡਰ ਨੇ ਜਾਂ ਸਿਆਸਤਦਾਨ ਨੇ ਉਹਨਾਂ ਨੇ ਕੋਈ ਅੱਜ ਹੱਲ ਦਾ ਰੋਲ ਨਾ ਪਲੇ ਕੀਤਾ, ਰਾਸ਼ਟਰਪਤੀ ਤੱਕ ਨੇ ਸਾਨੂੰ ਨਿਰਾਸ਼ ਕੀਤਾ। ਹਾਂਜੀ ਹਾਂਜੀ, ਤੇ ਵੀਰ ਜੀ ਜਿਸ ਤਰ੍ਹਾਂ ਪ੍ਰੋਫੈਸਰ ਭੁੱਲਰ ਜੀ ਵਾਂਗੂ ਸਾਡੇ ਹੋਰ ਵੀ ਬਹੁਤ ਸਾਰੇ ਵੀਰ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਜਾਂ ਫਿਰ ਝੂਠੇ ਕੇਸਾਂ ਦੇ ਵਿੱਚ ਜਾਂ ਜਿਹੜੀਆਂ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਨੇ, ਸਾਡੀ ਸਾਰੀ ਸਿੱਖ ਕੌਮ ਨੂੰ ਜਾਂ ਸਾਰੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਪੰਜਾਬ ਦੇ ਵਿੱਚ ਬੈਠੀਆਂ ਜਾਂ ਬਾਹਰ ਬੈਠੀਆਂ ਨੇ, ਇਹਨਾਂ ਬਾਕੀ ਕੈਦੀਆਂ ਦੀ ਰਿਹਾਈ ਲਈ ਸਾਨੂੰ ਕੀ ਕਰਨਾ ਚਾਹੀਦਾ, ਇਸ ਬਾਰੇ ਵੀ ਜਾਂ ਡਿਟੇਲ ਦੇ ਵਿੱਚ ਜਾਣਕਾਰੀ ਦਿਓ। ਇੱਥੇ ਜਦੋਂ ਪਿਛਲੇ ਸਾਲ ਭਾਈ ਦਲਜੀਤ ਸਿੰਘ ਤੇ ਭਾਈ ਕੁਲਵੀਰ ਸਿੰਘ ਬੜਾ ਪਿੰਡ ਨੂੰ ਇਹਨਾਂ ਨੇ ਝੂਠੇ ਕੇਸਾਂ ਚ ਫਸਾਇਆ, ਚੰਡੀਗੜ੍ਹ ਦੇ ਵਿੱਚ ਇੱਕ ਪ੍ਰੋਟੈਸਟ ਰੱਖਿਆ ਗਿਆ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ, ਔਰ ਉੱਥੇ ਹਜ਼ਾਰ ਕੁ ਸਿੱਖ ਦੇ ਲਾਗੇ ਚਾਗੇ ਬੀਬੀਆਂ ਬੱਚੇ ਸਾਰੇ ਉੱਥੇ ਪਹੁੰਚੇ ਤੇ ਅਸੀਂ ਉਸ ਮੌਕੇ ਇਹ ਮਹਿਸੂਸ ਕੀਤਾ ਕਿ ਜਿਹੜਾ ਇਹ ਲੋਕ ਸਾਡਾ ਪੰਜਾਬ ਦੀ ਧਰਤੀ ਉੱਤੇ ਉਹ ਦਿਨ ਵੀ ਦੇਖੇ ਆ ਜਦੋਂ ਕਿਸੇ ਮਤਲਬ ਸਿੱਖ ਪਰਿਵਾਰ ਦਾ ਇੱਕ ਮੈਂਬਰ ਪੁਲਿਸ ਚੱਕ ਕੇ ਲੈ ਜਾਂਦੀ ਸੀ ਤਾਂ ਆਲੇ ਦੁਆਲੇ ਦੇ 200-300 ਪਿੰਡਾਂ ਦੇ ਲੋਕ ਥਾਣੇ ਦਾ ਘਿਰਾਓ ਕਰ ਲੈਂਦੇ ਸੀ। ਅੱਜ ਅਸੀਂ ਸੋਚਿਆ ਵੀ ਇੰਨੇ ਘੱਟ ਲੋਕ ਸਾਡੀ ਹਮਾਇਤ ਵਿੱਚ ਕਿਉਂ ਨੇ, ਤਾਂ ਅਸੀਂ ਉਦੋਂ ਵਿਚਾਰ ਇਹ ਪਹੁੰਚੇ ਆ ਕਿ ਜਿਹੜਾ ਇੰਡੀਅਨ ਮੀਡੀਆ ਨਾ ਜੀ ਪਿਛਲੇ 15-20 ਸਾਲ ਤੋਂ ਹੈ ਤਾਂ ਲੰਮੇ ਅਰਸੇ ਤੋਂ ਆ ਉਹ ਇੰਨਾ ਜ਼ਿਆਦਾ ਸਟੇਟ ਦਾ ਸਟੂਲ ਬਣ ਗਿਆ, ਹੱਥ ਉਹਦਾ ਹੱਥ ਠੋਕਾ ਬਣਿਆ ਹੋਇਆ ਉਸ ਤੋਂ ਡੋਲਣ ਕੇ ਉਹ ਇੰਨੀ ਬੁਰੀ ਤਰ੍ਹਾਂ ਮਤਲਬ ਖਬਰਾਂ ਜਿਹੜੀਆਂ ਆਉਂਦੀਆਂ ਨੇਗੀਆਂ ਵੀ ਜਿਸ ਬੰਦੇ ਨੂੰ ਫੜ ਕੇ ਘਰੋਂ ਬੇਦੋਸ਼ ਨੂੰ ਚੱਕ ਕੇ ਟੀਵੀ ਤੇ ਦਿਖਾਇਆ ਜਾ ਰਿਹਾ ਹੁੰਦਾ ਉਹਦੇ ਬਾਰੇ ਉਹਦਾ ਪੱਖ ਵੀ ਇਹ ਬੰਦਾ ਹੈ ਹੋ ਵੀ ਸਕਦਾ ਜਿਹੜਾ ਕੁਛ ਸਰਕਾਰ ਕਹਿ ਰਹੀ ਹੈ ਸੱਚਾ ਜਾਂ ਨਹੀਂ, ਉਹ ਇੰਨੇ ਬੁਰੇ ਤਰੀਕੇ ਨਾਲ ਪੇਸ਼ ਕਰਦੇ ਆ ਕਿ ਘਰਾਂ ਚ ਬੈਠੇ ਹੋਏ ਸਾਡੇ ਸਿੱਖ ਭਾਈਚਾਰੇ ਨੂੰ ਹੋਰ ਆਮ ਲੋਕਾਂ ਨੂੰ ਇਹ ਜਚਾ ਦਿੱਤਾ ਜਾਂਦਾ ਵਾਰ ਵਾਰ ਦਿਖਾ ਕੇ ਇਹਦਾ ਬੜਾ ਖਤਰਨਾਕ ਦਹਿਸ਼ਤਗਰਦ ਸੀਗਾ ਜੀ, ਤਾਂ ਬਸ ਜੀ ਬਚਾਅ ਹੋ ਗਿਆ, ਸ਼ਹਿਰ ਉਡਾ ਦੇਣੇ ਸੀ ਬੰਬ ਧਮਾਕੇ ਤਾਂ ਜੀ ਸਾਹ ਫਲਾਨਾ ਮਾਰ ਦੇਣਾ ਸੀ। ਸੋ ਇਸ ਤਰੀਕੇ ਨਾਲ ਸਿੱਖ ਨੌਜਵਾਨ ਦਾ ਚੱਕਿਆ ਜਾਂਦਾ, ਉਦੋਂ ਪਹਿਲਾਂ ਮਾਨਸਿਕ ਦਾ ਬੁਰੀ ਤਿਆਰ ਕਰਕੇ ਉਹਦੇ ਹੱਕ ਚ ਕੋਈ ਬੋਲਣ ਨੀ ਦਿੱਤਾ ਜਾਂਦਾ, ਉਹਦੀ ਤਰੀਕ ਤੇ ਤਾਂ ਕਿਸੇ ਨੇ ਕੀ ਜਾਣਾ, ਉਹਦੀ ਮੁਲਾਕਾਤ ਤੇ ਤਾਂ ਕਿਸੇ ਨੇ ਕੀ ਜਾਣਾ, ਉਹਦੇ ਮਗਰ ਜਿੰਦਾਬਾਦ ਮੁਰਦਾਬਾਦ ਤਾਂ ਕਿਸੇ ਨੇ ਕੀ ਕਰਨੀ ਆ, ਉਹਨੂੰ ਛੁਡਾਉਣ ਲਈ ਥਾਣੇ ਦਾ ਘਿਰਾਓ ਤਾਂ ਕੀ ਕਰਨਾ। ਜਿਸ ਮੀਡੀਆ ਤੋਂ ਆਸ ਕੀਤੀ ਜਾਂਦੀ ਆ ਕਿ ਉਹ ਲੋਕਾਂ ਦੀ ਆਵਾਜ਼ ਬਣੂਗਾ, ਉਹ ਮੀਡੀਆ ਪੂਰੀ ਤਰ੍ਹਾਂ ਸਟੇਟ ਦੇ ਹੱਥ ਚ ਭੁਗਤਦਾ, ਔਰ ਉਹ ਸਾਡੇ ਸਿੱਖ ਨੌਜਵਾਨਾਂ ਦੇ ਜਿਹੜਾ ਘਾਣ ਹੋ ਰਿਹਾ ਇਹਦੇ ਵਿੱਚ ਸਟੇਟ ਦਾ ਜਿਹੜਾ ਪੱਖ ਪੂਰਦਾ। ਤੇ ਜਦੋਂ ਵੀ ਅਸੀਂ ਸਿੱਖ ਜਥੇਬੰਦੀਆਂ ਜਾਂ ਸਿੱਖ ਆਗੂ ਕੋਈ ਇਸ ਤਰੀਕੇ ਦਾ ਕਰਦੇ ਆ, ਇਹ ਜਿਹੜਾ ਸੋਸ਼ਲ ਮੀਡੀਆ ਉਹਦੇ ਰਾਹੀਂ ਅਸੀਂ ਆਪਦੀ ਆਵਾਜ਼ ਜ਼ਰੂਰ ਬੁਲੰਦ ਕਰ ਸਕਦੇ ਹਾਂ, ਉਹ ਕਰਦੇ ਵੀ ਹਾਂ, ਪਰ ਜਿਹੜਾ ਇੱਥੋਂ ਦਾ ਮੀਡੀਆ ਉਹ ਖਬਰ ਨੂੰ ਜਾਂ ਸਾਡੀ ਜਿਹੜੇ ਆ ਵਿਰੋਧੀ ਵਿਚਾਰ ਹੁੰਦਾ ਵਾ ਵੀ ਇਹ ਗੱਲ ਇੰਜ ਦੀ ਇੰਜ ਹੋਈ ਆ, ਜਿਹੜੇ ਅਸੀਂ ਫੈਕਟ ਸਾਹਮਣੇ ਲੈ ਕੇ ਆਉਂਦੇ ਹਾਂ ਉਹਨੂੰ ਜਿੰਨਾ ਵੀ ਹੋ ਸਕੇ ਪਿਛਲੇ ਪੇਜਾਂ ਤੇ ਲਾਉਂਦੇ ਆ, ਔਰ ਸਾਡੇ ਨਾਲ ਜਿਹੜੀ ਉਹ ਡਿਸਕ੍ਰਿਮੀਨੇਸ਼ਨ ਦਾ ਇੱਕ ਤਰੀਕਾ ਇਹ ਵੀ ਲੱਭਿਆ ਹੋਇਆ ਕਿ ਇਹਨਾਂ ਦੀ ਖਬਰ ਨੂੰ ਘੱਟ ਤੋਂ ਘੱਟ ਸਪੇਸ ਦਿਓ, ਉਹ ਜਿੱਥੇ ਸਾਰੇ ਸੰਸਾਰ ਦੇ ਵਿੱਚ ਅੰਡਰਡੋਗ ਜਿਹੜਾ ਹੁੰਦਾ ਹੇਠਾਂ ਲੱਗੀ ਧਿਰ ਹੁੰਦੀ ਆ ਉਹਨੂੰ ਮੀਡੀਆ ਵੱਧ ਤੋਂ ਵੱਧ ਸਪੇਸ ਦੇ ਕੇ ਸਾਬਤ ਕਰਦਾ ਕਿ ਮੈਂ ਸੱਚਾਈ ਦਾ ਹੈਗਾ। ਇੱਥੇ ਬਸ ਜੋ ਕੁਛ ਇੱਕ ਪੁਲਿਸ ਦਾ ਕਰਿੰਦਾ ਕਹਿ ਰਿਹਾ ਹੁੰਦਾ ਉਹ ਸੱਚ ਵਾ, ਉਸ ਪਰ ਉਹ ਮੁੰਡੇ ਦਾ ਜਿਹੜਾ ਫੜਿਆ ਹੋਇਆ ਉਹਦੇ ਪਰਿਵਾਰ ਦਾ ਜਾਂ ਕਿਸੇ ਹੋਰ ਦਾ ਸੱਚ ਮੀਡੀਆ ਬਿਲਕੁਲ ਸਾਹਮਣੇ ਨਹੀਂ ਦਿੰਦਾ। ਪਰ ਅਸੀਂ ਜਿਹੜੀਆਂ ਸਿੱਖ ਜਥੇਬੰਦੀਆਂ ਜਿਹੜਾ ਸਵਾਲ ਤੁਸੀਂ ਕਰਦੇ ਹਾਂ, ਅਸੀਂ ਕਦੇ ਕੋਈ ਮੌਕਾ ਖੰਜਾਇਆ ਨਹੀਂ, ਜਦੋਂ ਵੀ ਕਿਸੇ ਨੌਜਵਾਨ ਨੂੰ ਪੁਲਿਸ ਨੇ ਚੱਕ ਕੇ ਜੇਲ੍ਹ ਚ ਸੁੱਟਿਆ ਜਾਂ ਕੁਛ ਕੀਤਾ ਅਸੀਂ ਉਹਦੇ ਮਗਰ ਗਏ ਹਾਂ। ਹੁਣ ਤਾਂ ਬੜਾ ਸੋਹਣਾ ਕੰਮ ਵੰਡਿਆ ਗਿਆ, 2-3 ਇੱਥੇ ਆਰਗੇਨਾਈਜੇਸ਼ਨ ਜਿਹੜੀਆਂ ਲੱਗੀਆਂ, ਇੱਕ ਖਾਲਸਾ ਐਡ ਕਰਕੇ ਆ, ਇੱਕ SOPW ਸਿੱਖ ਆਰਗੇਨਾਈਜੇਸ਼ਨ ਫਾਰ ਪ੍ਰਿਜ਼ਨ ਵੈਲਫੇਅਰ ਕਰਕੇ ਆ, ਔਰ ਇਹ ਇੱਥੇ ਇਹਨਾਂ ਦੇ ਨੁਮਾਇੰਦੇ ਬੜਾ ਮਗਰ ਉਹਨਾਂ ਦੀ ਸਾਰੀ ਪੈਰਵਾਈ ਕਰਨ ਲੱਗ ਪਏ ਹਾਂ। ਅਸੀਂ ਇਹਨਾਂ ਪਰਿਵਾਰਾਂ ਨਾਲ ਸਾਰਿਆਂ ਨਾਲ ਰਾਬਤਾ ਰੱਖਦੇ ਹਾਂ, ਸਾਰਿਆਂ ਦੀ ਲਿਸਟਿੰਗ ਕਰਕੇ ਰੱਖਦੇ ਹਾਂ, ਔਰ ਗਾਹੇ ਬਗਾਹੇ ਇਹਨਾਂ ਦੀਆਂ ਤਰੀਕਾਂ ਤੇ ਜਾ ਕੇ ਮੇਲ ਮੁਲਾਕਾਤਾਂ ਵੀ ਕਰਦੇ ਹਾਂ।
ਇਹ ਤਾਂ ਬਹੁਤ ਚੰਗੀ ਗੱਲ ਹੈ ਵੀਰ ਜੀ। ਵੀਰ ਜੀ ਸਾਡੇ ਕੋਲ 3 ਕੁ ਮਿੰਟ ਰਹਿ ਗਏ ਨੇ ਐਤ ਦੀ, ਹੁਣ ਅਸੀਂ ਪਾਰਲੀਮੈਂਟ ਚੋਣਾਂ ਵਾਲਾ ਨੇ, ਜਿਵੇਂ ਭਾਰਤ ਦੇ ਸਿੱਖ ਵੋਟਰਾਂ ਨੂੰ ਇਹਨਾਂ ਚੋਣਾਂ ਵਿੱਚ ਕਿਸ ਧਿਰ ਦੀ ਹਮਾਇਤ ਕਰਨੀ ਚਾਹੀਦੀ ਹੈ ਅਤੇ ਕਿਹੜੀ ਪਾਰਟੀ ਪੰਥਕ ਮੁੱਦਿਆਂ ਤੇ ਆਵਾਜ਼ ਉਠਾ ਰਹੀ ਹੈ, ਇਸ ਬਾਰੇ ਜਿਹੜਾ 3 ਮਿੰਟ ਦੇ ਵਿੱਚ ਜਾਣਕਾਰੀ ਦਿਓ। ਮੈਂ ਇਹੋ ਕਹਿਣਾ ਚਾਹੁੰਦਾ ਹਾਂ ਕਿ ਪੰਥ ਦੀ ਵੋਟ ਉਹਨੂੰ ਮਿਲਣੀ ਚਾਹੀਦੀ ਆ, ਉਹ ਉਮੀਦਵਾਰ ਪੰਥ ਦੀ ਵੋਟ ਦਾ ਹੱਕਦਾਰ ਆ, ਜਿਹੜਾ ਪੰਥ ਦੀ, ਜਿਹੜਾ ਸਿੱਖਾਂ ਤੇ ਸਿੱਖੀ ਦੀ ਜਿਹੜੇ ਘਾਣ ਹੋ ਰਿਹਾ ਉਹਨੂੰ ਰੋਕਣ ਲਈ ਜਾਂ ਉਹਦੇ ਬਾਰੇ ਕੋਈ ਸੋਚਦਾ ਹੋਵੇ। ਪਰ ਪੰਜਾਬ ਦੀ ਧਰਤੀ ਉੱਤੇ ਸਾਰੀਆਂ ਪਾਰਟੀਆਂ ਦੇ ਮੈਨੀਫੈਸਟੋ ਸਾਹਮਣੇ ਆ ਗਏ ਨੇ। ਆ ਜਿਹੜੀ ਆਮ ਆਦਮੀ ਪਾਰਟੀ ਆ, ਸਭ ਤੋਂ ਵੱਧ ਬੁਖਾਰ ਸਾਡਾ ਸਾਡੀ ਕੌਮ ਨੂੰ ਇਹਦਾ ਵੀ ਚੜਿਆ ਬਾਕੀਆਂ ਵਾਂਗੂ। ਇਹਦੇ ਚੋਣ ਮੈਨੀਫੈਸਟੋ ਵਿੱਚ ਮੈਂ 3-4 ਵਾਰੀ ਪੜ੍ਹ ਲਿਆ, ਮੈਨੂੰ ਸਿੱਖ ਅੱਖਰ ਨੇ ਕਿਤੇ ਲਿਖਿਆ ਦੇਖਿਆ, ਉਹਦੇ ਵਿੱਚ ਇਹ ਤਾਂ ਲਿਖਿਆ ਹੋਇਆ ਮਿਲ ਗਿਆ ਵੀ ਜਾਨਵਰਾਂ ਦੀ ਰਾਖੀ ਲਈ ਧਿਆਨ ਦੇਵਾਂਗੇ, ਪਰ ਸਿੱਖਾਂ ਦੀ ਰਾਖੀ ਲਈ ਜਾਂ ਸਿੱਖੀ ਦੀ ਰਾਖੀ ਲਈ ਕੁਛ ਕਰਾਂਗੇ, ਇਹੋ ਜਿਹੀ ਗੱਲ ਕਿਤੋਂ ਨਹੀਂ ਲੱਭੀ। ਤੇ ਜਿਹੜਾ ਭਾਜਪਾ ਵਾਲੇ ਨੇ ਉਹ ਤਾਂ ਸਾਡੀ ਧਰਮ ਦੀ ਹੋਣ ਤੋਂ ਹੀ ਇਨਕਾਰੀ ਨੇਗੇ, ਤੇ ਇਵੇਂ ਹੀ ਜਿਹੜੀਆਂ ਕਾਂਗਰਸ ਵਾ ਉਹਦੇ ਬਾਰੇ ਵੀ ਸਾਰਾ ਜਾਣਦੇ ਆ, ਪਰ ਬਾਦਲ ਸਾਹਿਬ ਦੇ ਬਾਰੇ ਵੀ ਕਿਸੇ ਨੂੰ ਵਹਿਮ ਨਹੀਂ ਹੈਗਾ। ਸੋ ਇਹ ਜਿਹੜੀਆਂ ਪਾਰਟੀਆਂ ਨੇ, ਇਹਨਾਂ ਸਾਰੀਆਂ ਧਿਰਾਂ ਨੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕਿਆ ਹੋਇਆ, ਔਰ ਇਹ ਭਾਰਤੀ ਮੁੱਖ ਧਾਰਾ ਦੇ ਹਿਸਾਬ ਦੇ ਨਾਲ ਸਿੱਖਾਂ ਦਾ ਤੇ ਸਿੱਖੀ ਦਾ ਘਾਣ ਕਰਨ ਵਾਲੀਆਂ ਧਿਰਾਂ ਨੇ, ਇਹਨਾਂ ਦੀ ਜਿਹੜੀ ਸਾਰੀ ਪਹੁੰਚ ਆ ਉਹ ਸਾਡੇ ਸਾਹਮਣੇ ਨੰਗੀ ਆ। ਪਰ ਜਿਹੜੀ ਵੀ ਕੋਈ ਧਿਰ, ਕਿਉਂਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਮੈਦਾਨ ਦੇ ਵਿੱਚ ਮੋਰਚਾ ਮੱਲਿਆ, ਸੋ ਅਸੀਂ ਇਹ ਸਮਝਦੇ ਹੈਗੇ ਹਾਂ ਕਿ ਸਿੱਖਾਂ ਨੂੰ ਵੋਟ ਤਾਂ ਉਹਨਾਂ ਨੇ ਪਾਉਣੀ ਹੀ ਪਾਉਣੀ ਹੈ, ਤੇ ਉਹ ਅਜੇ ਇਹ ਮਾਹੌਲ ਤਾਂ ਅਸੀਂ ਨਹੀਂ ਆਏ ਕਿ ਅਸੀਂ ਕਹੀਏ ਕਿ ਜੇ ਭਾਰਤੀ ਨਿਜ਼ਾਮ ਸਿੱਖਾਂ ਦੀ ਰਾਖੀ ਕਰਨ ਤੋਂ ਇਨਕਾਰੀ ਆ ਤਾਂ ਅਸੀਂ ਇਸ ਸਿਸਟਮ ਤੋਂ ਇਨਕਾਰੀ ਹਾਂ, ਅਸੀਂ ਇਸ ਪੋਜੀਸ਼ਨ ਤੋਂ ਅਜੇ ਨਹੀਂ ਆਏ। ਪਰ ਜੇ ਵੋਟ ਪਾਉਣੀ ਪਾਉਣੀ ਆ ਤਾਂ ਸਭ ਤੋਂ ਵੱਧ ਸਾਡੀ ਵੋਟ ਦਾ ਹੱਕਦਾਰ ਉਹ ਵਿਅਕਤੀ ਆ ਜਿਹੜਾ ਪੰਥ ਦੀ ਤੇ ਸਿੱਖੀ ਦੀ ਗੱਲ ਕਰੇ ਤੇ ਇਹਦੇ ਉੱਤੇ ਹੋਣ ਵਾਲੇ ਹਮਲਿਆਂ ਮੌਕੇ ਸਾਡੇ ਨਾਲ ਖੜਨ ਦਾ ਵਾਅਦਾ ਕਰੇ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਸਾਡਾ ਵਕਤ ਤੁਸੀਂ ਜਾਣ ਲਈ ਇੱਕ ਬ੍ਰੇਕ ਵੱਲ ਜਾ ਰਿਹਾ, ਅੱਜ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੇ, ਤੁਹਾਡਾ ਸ਼ੁਕਰੀਆ ਕਿ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿੱਤੇ, ਆਪਣੇ ਵਿਚਾਰ ਸਾਂਝੇ ਕੀਤੇ, ਤੇ ਹੁਣ ਵਕਤ ਹੋ ਗਿਆ ਬ੍ਰੇਕ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਕੀਪ ਵਾਚਿੰਗ ਨਿਊਜ਼ TV 84, ਦੇ ਨਾਲ ਵੀ ਰਾਈਟ ਬੈਕ ਆਫਟਰ ਅ ਸ਼ੋਰਟ ਬ੍ਰੇਕ।